ਅਰਜ਼ ਕੀਤੇ ਅਕਬਰ ਦੀ ਜਾਗੀਰ ਦੇ ਵਿੱਚ ਦੇਖੀ ਸਜਾਦ ਰਿਹਾਏ ਉੱਠ ਵੇਖ ਮੈਂ ਜੀਂਦੀ ਇੱਥੇ ਨਾ ਆ ਤੇਰੇ ਪਾਲਣ ਤੋੜੇ ਕਬਰ ਚੋਂ ਬਾਹਰ ਆਏ ਪਹਿਚਾਣ ਕੇ ਦੱਸ ਇਸ ਕਾਫਲੇ ਵਿੱਚ ਹੈ ਕਿਹੜੀ ਔਰਤ ਦੀ ਪਹਿਚਾਣ ਕੇ ਦੱਸ ਇਸ ਮਾਤਮਦਾਰੋਂ ਦੇ ਸਿਲੇ ਉੱਠਾਂ ਦੀਆਂ ਆਵਾਜ਼ਾਂ ਜਾਬਰ ਨੇ ਸੁਣੀਆਂ ਜਾਬਰ ਦੌੜ ਪਏ ਅਦੂ ਦੇ ਕਰਬਲਾ ਤੇ ਆ ਕੇ ਇੱਕ ਨਿਸ਼ਾਨ ਕਾਇਮ ਕੀਤਾ ਇੱਕ ਨਿਸ਼ਾਨ ਕਾਇਮ ਕਰਕੇ ਤਾਂ ਬਸ ਪਰਦੇਸੀ ਰੁਕ ਜਾ ਇਸ ਨੂੰ ਸਹਾਰਾ ਨਾ ਸਮਝੀ ਇਹ ਹੁਣ ਮੁਅੱਲਾ ਬਣ ਗਿਆ ਇੱਕ ਕਰਬਲਾ ਮੁਅੱਲਾ ਇੱਕ ਅਰਸ਼ ਮੁਅੱਲਾ ਇਹ ਹੁਣ ਸਹਾਰਾ ਨਹੀਂ ਪਰਦੇਦਾਰ ਲਹਾ ਕਰੀਮ ਫਰਮਾਉਂਦੇ ਮੈਨੂੰ ਨਾ ਰੋਕ ਮੇਰੇ ਨਾਲ ਪਰਦਾ ਜਾਬਰ ਕੰਡ ਕੀਤੀ ਆਦਾ ਪਰਦੇ ਦਾ ਮੈਂ ਬੜਾ ਵਾਕਿਫ ਹਾਂ ਮਗਰ ਮੇਰੀ ਮਜਬੂਰੀ ਬਣ ਗਈ ਜਿਹੜਾ ਮੇਰਾ ਵੱਡਾ ਕਰੀਮ ਕਹੇ ਨੂੰ ਕੁਝ ਨਹੀਂ ਆਉਂਦਾ ਜਿਹੜਾ ਛੋਟਾ ਲਜਪਾਲ ਹੈ ਉਸ ਹੁਕਮਨਾਮਾ ਜਾਰੀ ਕਰ ਦਿੰਦਾ ਹੈ ਕਿ ਕੋਈ ਸਵਾਰ ਨਾ ਗੁਜ਼ਰੇ ਪਰਦੇਸੀ ਸਵਾਰ ਤਾਂ ਇੱਕ ਪਾਸੇ ਇੱਥੇ ਤਾਂ ਪੱਖੀ ਪਰਵਾਜ਼ ਕਰਕੇ ਨਹੀਂ ਲੰਘ ਸਕਦਾ ਮਾਮਲ ਚ ਹੌਲੇ ਹੌਲੇ ਆਵਾਜ਼ ਨਹੀਂ ਮੇਰਾ ਲਾਲ ਇਸ ਨੂੰ ਪੁੱਛ ਜਿਸ ਹੁਕਮਨਾਮਾ ਜਾਰੀ ਕੀਤਾ ਤੇਰੇ ਉਸ ਕਰੀਮ ਸੱਜਾਦ ਪੁੱਛੇ ਜਾਂ ਫਿਰ ਮੇਰੀ ਮਾਂ ਆਖਦੀ ਹੈ ਜਿਸ ਹੁਕਮਨਾਮਾ ਜਾਰੀ ਕੀਤਾ ਤੇਰੇ ਉਸ ਕਰੀਮ ਦਾ ਨਾਮ ਕਿਆ ਹੈ ਜਾਬਿਲ ਬੜੇ ਨਾਜ਼ ਨਾਲ ਨਾਮ ਚਾਹੇ ਜਨਾਬੇ ਅੱਬਾਸ ਹਲਮਦਾਰ ਮਾਮਲ ਚ ਹੌਲੇ ਹੌਲੇ ਆਵਾਜ਼ਾਂ ਦਾ ਸ਼ੁਕਰ ਹੈ ਵੀਰਾਂ ਦੇ ਹੁਕਮ ਤਾਂ ਚੱਲਦੇ ਪਏ ਲੋਕ ਤੇ ਸਾਨੂੰ ਬਾਗੀ ਦੀਆਂ ਭੇੜਾਂ ਮੇਰਾ ਨਾਲ ਸਜਾਦ ਨੂੰ ਆ ਸਜਾਦ ਜਾਬਿਰ ਨੂੰ ਆ ਫਿਰ ਇਸ ਕਰੀਮ ਦਾ ਨਾਂ ਚਾਹੇ ਜਿਹੜਾ ਸੋਹਣਾ ਨਾ ਜਾਬਰ ਚਾਹਿਆ ਮੈਨੂੰ ਤਾਂ ਮੁੱਦਤ ਹੋ ਗਈ ਜਨਾਬੇ ਸਜਾਦ ਫਰਮਾਏ ਜਾਬਿਰ ਮੇਰੀ ਮਾਂ ਦੀ ਹੈ ਫਿਰ ਇਸ ਕਰੀਮ ਦਾ ਨਾਮ ਦੱਸ ਜਾਬਿਰ ਬੜੇ ਨਾਲ ਨਾਲ ਨਾਮ ਚਾਹੇ ਜਨਾਬੇ ਅੱਬਾਸ ਹਲਮਦਾਰ ਮੇਰੀ ਸੇਂਡ ਆਵਾਜ਼ ਦਾ ਮੇਰਾ ਲਾਲ ਜਾਬਿਰ ਨੂੰ ਆਖ ਮੈਂ ਟੁਰ ਨਹੀਂ ਸਕਦੀ ਮੈਨੂੰ ਜ਼ਿੰਦਾ ਖਾ ਗਏ ਇਸ ਲਈ ਜਾਬਿਰ ਇਹ ਗੱਲ ਸੁਣੀਏ ਨਾ ਇਹ ਸਮਝਿਆ ਸ਼ਾਇਦ ਇਹ ਮਖਦੂਮਾ ਅੱਬਾਸ ਤੋਂ ਵਾਕਫ ਨਹੀਂ ਕਦਮ ਅੱਗੇ ਵਧਾਏ ਕਰੀਮਾਂ ਦੇ ਉੱਠਦੇ ਪੇੜਾਂ ਦੇ ਪਾਸੇ ਦੇਖ ਕੇ ਜਾਬਿਰ ਆਖਦਾ ਤੈਨੂੰ ਖਬਰ ਨਹੀਂ ਨਗਰੀ ਵਿੱਚ ਹੋ ਗਏ ਰਲ ਜ਼ਹਰਾ ਦਾ ਖੂਨੇ ਈ ਨਗਰੀ ਦੇ ਇਹ ਸਰਦਾਰਾਂ ਦਾ ਹੈ ਕੁਲ ਮੁਰਸਲ ਮਮ ਕੁਲ ਮੁਰਸਲ ਮੇਰਾ ਤਾਂ ਇੱਥੋਂ ਕੋਈ ਅਸਵਾਲ ਨਹੀਂ ਲੰਘ ਸਕਦਾ ਉੱਤੇ ਅੱਬਾਸ ਦਾ ਹੈ ਇਹ ਕਾਨੂੰਨੇ ਤੂੰ ਉੱਠ ਤੋਂ ਕਿਉਂ ਨਹੀਂ ਲਹਿੰਦੀ ਬੀਬੀ ਕਿਆ ਤੂੰ ਜ਼ੈਨਬ ਖਾਤੂਨ